আসসালামু আলাইকুম নাযरीन मैं या ਤੁਹਾਡਾ ਮੇਜ਼ਬਾਨ ਹਾਂ ਸਲੀਮ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਕੁਲ ਦਸਤਾ ਆਇਦਾ ਮوضوع ਹੈ ਚাইਨਾ ਇੰਡੀਆ اور ਸੰਗੀਨ అలਾਤ ਪਿਆਰੇ ਨਾਜ਼ਰੀਨ ਚাইਨਾ ਤੇ ਇੰਡੀਆ ਜਿਹੜੇ ਨਾ ਇਹ ਬਿਲਕੁਲ ਬੜੀ ਖਤਰਨਾਕ ਸੂਰਤਿ ਹਾਲ ਤੇ ਪਹੁੰਚ ਗਈ। ਇਹ estrana ਸਮਝੋ ਐ ਵੀ ਇਹ ਜੰਗ ਜਿਹੜੀ ਐ ਨਾ ਅਗਰ ਲੱਗ ਜੇ ਤੇ ਇਹ ਬੜੀ ਖਤਰਨਾਕ ਜੰਗ ਹੋ ਜਾਊਗੀ। ਸੂਰਤਿ ਹਾਲ ਇਸ ਕਦਰ ਸੰਗੀਨ ਹੋ ਗਈ ਐ ਕਿ ਇੰਡੀਆ ਨੇ ਵੀ ਕੁਝ ਆਪਣੇ ਮੋਲਕ ਵਿੱਚ ਚਾਈਨਾ ਦੇ ਜਿਹੜੇ ਐਪਸ ਨੇ ਉਹਨਾਂ ਤੇ ਪਾਬੰਦੀ ਲਾ ਦਿੱਤੀ ਐ। ਤੇ ਚਾਈਨਾ ਨੇ ਵੀ ਤੇ ਸਾਰੇ ਜਿਹੜੇ ਇੰਡੀਆ ਦੇ ਬਾਰੇ ਵਿੱਚ ਐਪਸ ਨੇ ਉਹਨਾਂ ਤੇ ਪਾਬੰਦੀ ਲਾ ਦਿੱਤੀ ਹੈ ਚਾਈਨਾ ਜਿਹੜਾ ਇਹ ਡਟ ਕੇ ਬਿਲਕੁਲ ਡਟ ਕੇ ਆਪਣੀ ਜਗ੍ਹਾ ਤੇ ਖੜਿਆ ਔਰ ਤੁਹਾਨੂੰ ਪਤਾ ਹੈ ਕਿ ਅਮਰੀਕਾ ਜਿਹੜਾ ਉਹ ਇੰਡੀਆ ਦੇ ਨਾਲ ਅਮਰੀਕਾ ਜਿਹੜਾ ਉਹਦਾ ਬਹੁਤ ਵੱਡਾ ਸਹਾਰਾ ਹੈ ਇੰਡੀਆ ਨੂੰ ਔਰ ਇੰਡੀਆ ਜਿਹੜਾ ਉਹ ਅਮਰੀਕਾ ਦੇ ਸਿਰ ਤੇ ਜੋ ਕੁਝ ਕਾਰਜ ਹੈ ਨਾ ਚਾਈਨਾ ਨਾਲ ਉਹ ਕਰ ਰਿਹਾ ਤੇ ਚਾਈਨਾ ਦੇ ਨਾਲ ਤੁਹਾਨੂੰ ਪਤਾ ਹੀ ਹੈ ਇਹ ਜਿਹੜੇ ਬਾਕੀ ਮੋਲਕ ਨੇ ਉਹ ਚਾਈਨਾ ਦੇ ਅੰਦਰਦ ਨੇ ਜਿਨ੍ਹਾਂ ਵਿੱਚ ਅਸੀਂ ਪਾਕਿਸਤਾਨ ਵੀ ਹੈ ਬਾਕੀ ਵੀ ਜਿਹੜੇ ਇਸਲਾਮੀ ਮੋਲਕ ਨੇ ਉਹ ਚਾਈਨਾ ਨੇ ਬਿਹਤਰੀਨ ਆਪਣੇ ਨਾਲ ਲਾਏ ਨੇ ਔਰ ਬਾਕੀ ਮੁਲਕਾਂ ਨੇ ਉਹ ਵੀ ਹਮਦਰਦੀਆਂ ਚਾਈਨਾ ਨਾਲ ਹੀ ਨੇ ਚਾਈਨਾ ਬੜਾ ਮਖਲਸ ਪਾਕਿਸਤਾਨ ਦਾ ਦੋਸਤ ਹੈ ਔਰ ਅਗਰ ਇਹ جنگ ਲੱਗੇ ਤੇ ਇਹ جنگ ਸਿਰਫ ਚਾਈਨਾ ਤੇ ਇੰਡੀਆ ਤੱਕ ਮ hạnੂਦ ਨਹੀਂ ਰਹਿਣੀ ਹੈ ਇਸ جنگ ਦੇ ਅਸਰਾਂਤ ਜਿਹੜੇ ਨਾ ਇਹ ਸਾਰੇ ਖਿੱਤੇ ਤੇ ਹੋਣੇ ਨੇ ਔਰ ਬੜੀ ਸੰਗੀਨ ਸੂਰਤਿ ਹਾਲ ਬਣ ਜਾਣੀ ਐਸ ਵਕਤ ਚਾਈਨਾ ਜਿਹੜਾ ਉਹ ਬਿਲਕੁਲ ਡਟ ਕੇ ਹਰ ਚੀਜ਼ ਦਾ ਮੁਕਾਬਲਾ ਬੜੀ ਬਿਹਤਰੀਨ ਤਰੀਕੇ ਨਾਲ ਕਰ ਰਿਹਾ ਤੇ ਉਹ ਇੱਕ ਕਦਮ ਕੇ ਇੱਕ ਇੰਚ ਵੀ ਪਿਛਾਉਣੇ ਵਾਤੇ ਤਿਆਰ ਨਹੀਂ ਔਰ ਚਾਈਨਾ ਨੂੰ ਪਤਾ ਸਾਰਾ ਕਿ ਇਹ ਇੰਡੀਆ ਜਿਹੜਾ ਇਸ ਨੂੰ ਕਿਦੀ ਕਿਦੀ ਮਦਦ ਹਸਲ ਹੈ ਔਰ ਕਿਹੜੇ ਕਿਹੜੇ ਤਰੀਕੇ ਨਾਲ ਚਾਈਨਾ ਜਿਹੜਾ ਨਾ ਉਹ ਬੜਾ ਬਾਖਬਰ ਮੁਲਕ ਹੈ ਔਰ ਬੜਾ ਦਲੇਰ ਮੁਲਕ ਹੈ ਔਰ ਬੜਾ ਮੁਖਲਿਸ ਮੁਲਕ ਆ ਆਪਣੇ ਆ ਦੋਸਤਾਂ ਨਾਲ ਤੇ ਆਰ ਮੁਸ਼ਕਲ ਵਕਤ ਵਿੱਚ ਚਾਈਨਾ ਪਾਕਿਸਤਾਨ ਨਾਲ ਤੇ ਪਾਕਿਸਤਾਨ ਚਾਈਨਾ ਨਾਲ ਖੜਾ ਹੁੰਦਾ ਹੈ ਇਸ ਵੇਲੇ ਅਸੀਂ ਜਿਹੜੇ ਆ ਨਾ ਅਸੀਂ ਪਾਕਿਸਤਾਨ ਹੋ ਗਿਆ ਤੁਰਕੀ ਹੋ ਗਿਆ ਇਹ ਬਾਕੀ ਮੁਲਕ ਵੀ ਜਿਹੜੇ ਛੋਟੇ ਛੋਟੇ ਨੇ ਜਿਹੜੇ ਇੰਡੀਆ ਨੇ ਨਰਾਜ਼ ਕਰ ਲਏ ਨੇ ਇਹ ਸਾਰੇ ਅਸੀਂ ਚਾਈਨਾ ਵਾਲੇ ਗਰੁੱਪ ਚ ਸ਼ਾਮਲ ਆ ਤੇ ਇੰਡੀਆ ਦੇ ਗਰੁੱਪ ਵਿੱਚ ਅਮਰੀਕਾ ਤੇ ਫਿਰ ਅਮਰੀਕਾ ਜਿਹੜਾ ਉਹ ਅਗਲਿਆਂ ਪਿਛਲਿਆਂ ਆਪਣੇ ਧਾਦੀਆਂ ਨੂੰ ਹੀ ਬੁਲਾ ਲੰਦਾ ਕਿ ਆਓ ਜੀ ਮੇਰੀ ਮਦਦ ਕਰੋ ਤੇ ਆਓ ਇਹਨਾਂ ਦਾ ਮੁਕਾਬਲਾ ਕਰੀਏ ਤੇ ਉਹ ਇੰਡੀਆ ਜਿਹੜਾ ਉਹਨੂੰ ਉਹਨਾਂ ਦੀ ਛੇਬਾ ਦਾਸਲ ਹੈ ਇਹ ਬੜੀ ਖਤਰਨਾਕ ਸਿਚੁਏਸ਼ਨ ਬਣਦੀ ਜਾਂਦੀ ਆ ਭੀ ਹੋਰ ਉਹ ਬਿਲਕੁਲ ਇਹ ਹੋਰ ਸਖਤ ਮਕਾਮ ਤੇ ਆ ਗਈ ਹੁਣ ਉਹ ਇੰਟਰਨੈਟ ਦੀਆਂ ਵੀ ਇੱਕ ਦੂਜੇ ਦੀਆਂ ਚੀਜ਼ਾਂ ਬੰਦ ਕਰਨੀਆਂ ਅੱਛਾ ਹੁਣ ਉਹ ਕਾਫੀ ਸਾਰਾ ਕੰਮ ਜਿਹੜਾ ਨਾ ਅੱਗੇ ਪਹੁੰਚ ਗਿਆ ਹੁਣ ਇਸ ਵਕਤ ਬੜਾ ਇੱਕ ਖਤਰੇ ਦਾ ਮਕਾਮ ਅਗਰ ਇਹ جنگ ਲੱਗੇ ਤੇ ਇਸ ਇਹਦੇ ਸਾਰੇ ਖਿੱਤੇ ਤੇ ਇਸ ਦਾ ਅਸਰ ਵੀ ਹੋਣਾ ਹੈ ਔਰ ਸਾਰੇ ਖਿੱਤੇ ਨੇ ਇਹਦੇ ਵਿੱਚ ਇਨਵਾਲ ਵੀ ਹੋਣੇ ਕਿਸੇ ਨਾ ਕਿਸੇ ਤਰੀਕੇ ਨਾਲ ਅਮਰੀਕਾ ਜਿਹੜਾ ਉਹ ਕਦੇ ਵੀ ਕਦੇ ਵੀ ਇਸਲਾਮੀ ਮੁਲਕਾਂ ਦਾ ਅੰਦਰੋਂ ਮਖਲਸ ਹੋਏ ਹੀ ਨਹੀਂ ਨਾ ਤੇ ਚਾਈਨਾ ਜਿਹੜੀ ਹੈ ਇਸ ਵੇਲੇ ਸਭ ਤੋਂ ਵੱਡੀ ਮੌਆਸ਼ੀ ਮਾਰਕੀਟ ਹੈ ਚਾਈਨਾ ਬਹੁਤ ਜ਼ਿਆਦਾ ਅੱਗੇ ਲੰਘ ਗਿਆ ਅਮਰੀਕਾ ਦੇ ਵਿੱਚ ਵੀ ਜਿਤਨੀਆਂ ਚੀਜ਼ਾਂ ਨੇ ਚਾਈਨਾ ਦੀਆਂ ਵੇਚ ਰਹੀਆਂ ਨੇ ਜਿਤਨੀਆਂ ਸਾਰੀ ਦੁਨੀਆ ਤੇ ਸਭ ਤੋਂ ਸਸਤੀਆਂ ਚੀਜ਼ਾਂ ਜਿਹੜੀਆਂ ਨੇ ਉਹ ਚਾਈਨਾ ਦੀਆਂ ਹੀ ਲੱਭਦੀਆਂ ਤੇ ਹਰ ਬੰਦਾ ਚਾਈਨਾ ਦੀ ਚੀਜ਼ ਇਸ ਵਾਰ ਤੇ ਖਰੀਦਦਾ ਕਿ ਉਹ ਸਸਤੀ ਹੁੰਦੀ ਹੈ ਅੱਛਾ ਉਹ ਟੀਵੀ ਜਿਹੜੇ ਨੇ ਸਾਰੀ ਦੁਨੀਆ ਤੇ ਚਾਈਨਾ ਦੇ ਪਹੁੰਚ ਗਏ ਨੇ ਅਮਰੀਕਾ ਤੱਕ ਚਾਈਨਾ ਦੇ ਟੀਵੀ ਦੁਕਾਨਾਂ ਤੇ ਪਏ ਸਾਰੀ ਦੁਨੀਆ ਤੇ ਹਰ ਚੀਜ਼ ਚਾਈਨਾ ਦੀ ਦੁਨੀਆ ਤੇ ਪਈ ਹੈ ਤੇ ਅਮਰੀਕਾ ਨਹੀਂ ਚਾਹੁੰਦਾ ਹੈ ਕਿ ਚਾਈਨਾ ਮੁਆਸ਼ੀ ਲਿਆਦ ਨਾਲ ਇਸ ਕਦਰ ਅੱਗੇ ਲੰਘ ਜਾਏ ਫਿਰ ਉਹ ਆਪਣੇ ਮਤਲਬ ਹੈ ਵੀ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਨੇ ਮਸਲਨ ਪਾਕਿਸਤਾਨ ਨਾਲ ਸੀ ਪੈਕ ਸ਼ੁਰੂ ਹੈ ਇਸ ਦੀ ਵੀ ਇੱਕ ਬਹੁਤ ਵੱਡੀ ਤਕਲੀਫ ਹੈ ਅਮਰੀਕਾ ਕਈ ਵਾਰ ਉਹਨੇ ਇਹਦੇ ਵਿੱਚ ਰਕਾਵਟਾਂ ਡਾਲਨੇ ਦੀ ਕੋਸ਼ਿਸ਼ ਕੀਤੀ ਹੈ ਕਿ ਚਾਈਨਾ ਇਹ ਮਨਸੂਬਾ ਮੁਕੰਮਲ ਨਾ ਕਰ ਸਕੇ ਲੇਕਿਨ ਚਾਈਨਾ ਬੜਾ ਬਹਾਦਰ ਤੇ ਬੜਾ ਜ਼ਬਰਦਸਤ ਤੇ ਬੜਾ ਸਾਹ ਦੇਣ ਵਾਲਾ ਤੇ ਬੜਾ ਤਗੜਾ ਮੁਲਕ ਹੈ ਇਸ ਵਾਤੇ ਉਹ ਕਿਸੇ ਸੂਰਤ ਵੀ 1 ਇੰਚ ਵੀ ਨਾ ਅਮਰੀਕਾ ਤੋਂ ਪਿਛਾ ਅਮਰੀਕਾ ਦੀ ਕਿਸੇ ਗੱਲ ਤੋਂ ਪਿਛਾਟਦੇ ਨਾਉ ਡਰਦੇ ਅਮਰੀਕਾ ਨੇ ਆਪਣੇ ਕੌਂਸਲੇਟ ਜਿਹੜੇ ਨੇ ਅਮਰੀਕਾ ਦੇ ਵਿੱਚ ਜਿਹੜੇ ਚਾਈਨਾ ਦੇ ਕੌਂਸਲੇ ਉਹ ਬੰਦ ਕੀਤੇ ਨੇ ਚਾਈਨਾ ਨੇ ਉਹਦੇ ਜਵਾਬ ਵਿੱਚ ਚਾਈਨਾ ਵਿੱਚ ਜਿਹੜਾ ਅਮਰੀਕਾ ਦੇ ਕੌਂਸਲੇਟ ਨੇ ਉਹ ਬੰਦ ਹੋ ਗਏ ਨੇ ਉਹ ਅਮਲੇ ਅਮਲੇ ਆਪਣੇ ਆਪਣੇ ਮੁਲਕ ਵਿੱਚ ਟੁਰ ਗਏ ਨੇ ਇਸ ਵਾਤੇ ਬੜੀ ਸੰਗੀਨ ਸੂਰਤ ਹਾਲ ਹੈ ਤੇ ਇਹ ਅੱਲਾ ਕਰੇ ਕਿ ਇਹ ਜੰਗ ਜਿਹੜੀ ਹੈ ਕਿਸੇ ਮਜ਼ਾਕ ਰਾਤ ਦੇ ਨਾਲ ਹੀ ਖਤਮ ਹੋ ਜੇ ਜੰਗ ਨਾ ਲੱਗੇ ਅਗਰ ਜੰਗ ਲੱਗੇ ਤੇ ਇਹਦੇ ਲਪੇਟ ਵਿੱਚ ਕਾਫੀ ਕੋ ਜਾਵੇਗਾ ਇਹ ਬਹੁਤ ਸੰਗੀਨ ਸੂਰਤ ਹਾਲ ਹੋ ਗਈ ਹੈ ਬਹੁਤ ਹੀ ਜ਼ਿਆਦਾ ਤੇ ਇਸ ਦਾ ਜ਼ਹਿਰ ਜੰਗਾਂ ਦਾ ਖਮਿਆਜ਼ਾ ਜਿਹੜਾ ਫਿਰ ਉਹ ਬੜੀ ਦੇਰ ਤੱਕ ਭੁਗਤਣਾ ਪੈਂਦਾ ਤੇ ਅੱਜ ਕੱਲ ਐਸਾ ਦੌਰ ਹੈ ਅਗਰ ਜੰਗ ਹੋਈ ਤੇ ਉਹ ਜੰਗ ਜਿਹੜੀ ਹੈ ਨਾ ਉਹ ਕਿਸੇ ਮhdood ਪਮਾਨੇ ਤੇ ਨਹੀਂ ਹੋਣ ਲੱਗੀ ਫਿਰ ਫਿਰ ਜੰਗ ਐਤਕੀ ਮੁਕਮਕਾਲੇ ਕਮਤੇ ਜਾ ਕੇ ਖਤਮ ਹੋਵੇ ਦੀ ਇਹ ਉਹ ਅਗਲੀਆਂ ਜੰਗਾਂ ਨਹੀਂ ਆਵੇ ਅੱਜ ਕੱਲ ਐਟਮੀ ਦੌਰ ਹੈ ਅਗਰ ਖੁਦਾਨ ਖਾਸ ਤਾਂ ਇਹ جنگ ਜਿਆਦਾ ਫੈਲੀ ਤੇ ਫਿਰ ਬਹੁਤ ਸਾਰਾ ਨੁਕਸਾਨ ਹੋ ਜਾਣਾ ਤੇ ਅਮਰੀਕਾ ਨਹੀਂ ਚਾਹੁੰਦਾ ਕਿ ਚਾਈਨਾ ਕਿਸੇ ਲਿਆਸ ਨਾਲ ਵੀ ਅੱਗੇ ਆਵੇ ਤੇ ਇੰਡੀਆ ਜਿਹੜਾ ਉਹਨੂੰ ਫੁੱਲ ਸਪੋਰਟ ਹੈ ਅਮਰੀਕਾ ਦੀ ਇੰਡੀਆ ਜਿਹੜਾ ਇਹ ਸਮਝੋ ਵੀ ਇਹ ਸ਼ਰਾਰਤਾਂ ਇਹ ਸਾਰੀਆਂ ਅਮਰੀਕਾ ਦੇ ਕਹਿਣ ਤੇ ਕਰਦਾ ਹੈ ਤੇ ਚਾਈਨਾ ਵਾਸਤੇ ਅਸੀਂ ਦੁਆ ਗੋ ਆ ਤੇ ਚਾਈਨਾ ਦੇ ਅਸੀਂ ਨਾਲ ਚਾਈਨਾ ਜਿਹੜਾ ਬਹੁਤ ਅੱਛਾ ਇੱਕ ਦੋਸਤ ਮੁਲਕ ਹੈ ਤੇ ਅੱਲਾ ਕਰੇ ਇਹ ਕਿਸੇ ਨਤੀਜੇ ਤੇ ਗੱਲਬਾਤ ਨਾਲ ਹੀ ਕੰਮ ਪਹੁੰਚੇ ਅਗਰ ਜੰਗ ਲੱਗੀ ਤੇ ਫਿਰ ਕਾਫੀ ਸਾਰਾ ਸਾਰੇ ਖਿੱਤੇ ਦਾ ਕਾਫੀ ਸਾਰਾ ਨੁਕਸਾਨ ਨਹੀਂ ਹੋ ਸਕਦਾ ਉਹਦੀ ਲਪੇਟ ਵਿੱਚ ਵੀ ਕਾਫੀ ਮੁਲਕ ਆ ਸਕਦੇ ਅੱਜ ਦੀ ਗੁਜ਼ਾਰਿਸ਼ ਹੈ ਇਸੀ ਅੱਲਾਹ ਤਾਲਾ ਤੁਹਾਨੂੰ ਹਰ ਬਿਮਾਰੀ ਤੋਂ ਬਚਾ ਕੇ ਰੱਖੇ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਤੇ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਨੋਟ ਵੀ ਪ੍ਰੈਸ ਕਰ ਦਿਓ ਤੇ ਅਗਰ ਵੀਡੀਓ ਅਛੀ ਲੱਗੇ ਤੇ ਇਹਨੂੰ ਲਾਇਕ ਵੀ ਕਰਿਆ ਕਰੋ ਤੇ ਅੱਲਾ ਨੀ ਕੇ